भाई गुरशरण सिंह जी लुधियाना वालियां दी रस भिन्नी आवाज विच हर वेले कथा कीर्तन अते सिमरन दा आनंद मानण लई भाई गुरशरण सिंह जी ऑफिशियल चैनल YouTube नूं सब्सक्राइब करो अते नवे कीर्तन वीडियोस लई बेल आइकन नूं जरूर दबाओ अते ऑल नूं सिलेक्ट करो। इस नाल हर नवे वीडियो दा नोटिफिकेशन आप जी दे मोबाइल ते आएगा, फिर तुसी उस दा आनंद माण सकदे हो। हर तन के पर लियो भंडार भंडार, हर तन के पर लियो भंडार। केंद्र तोट ना आवे जप निरंकार, तोट ना विश्वास तक करिए अपने साहिब दे बोलां ते विश्वास तक करिए, जप के ता वेखिए सत्संग जीओ बड़ी वड्डी नदर गुरु नानक दी होवे ते कोई जपदा बेनतियां लाया करिए। गरीब निवाज ए नजर रोज बढ़ाई रखो, शौक दे नाल मैं हर धन इकट्ठा कर, शौक दे नाल मन लगे ना लगे उनू छड्डो, मन लगे ना लगे। हुण एक बंदे नू बुखार चढ़े है फिर भी हट्टी ते जांदा, बेमने जांदा, बेदिलिए जांदा, शरीर नहीं मनदा पिया, हट्टी जाके खोलनी है, दुकान जाके खोलनी है, जाना ही पैना है। हुण बेदिलिए ही जाके बैठ गया, शटर चकता, गद्दी ते बैठ गया, कुछ ना कुछ वटक करके ले आएगा आखो साधना, वटक करके ले आएगा कुछ ना कुछ, खाली तो नहीं आता। पावे बेदिलिए ही बैठा है, बेमने बैठा है, ओखा बैठा है, पर कमाई करके ले आए, कमाई तो होएगी। बीबियां कपड़े धोंदियां ने, कपड़ा बहुत मैला है, बहुत मैला है,
ਧੋਣ ਦੇ ਵਿੱਚ ਪਾਤਾ ਉਹ ਕੱਪੜਾ, ਵਾਸ਼ਿੰਗ ਮਸ਼ੀਨ ਦੇ ਵਿੱਚ ਪਾਤਾ ਜਾਂ ਹੱਥਾਂ ਨਾਲ ਉਹਨੂੰ ਧੋਣਾ ਸ਼ੁਰੂ ਕੀਤਾ। ਹੁਣ ਬੀਬੀ ਦਾ ਦਿਲ ਨਹੀਂ ਕੱਪੜੇ ਧੋਣ ਦਾ, ਮਨ ਨਹੀਂ, ਪਰ ਕੱਪੜੇ ਬਹੁਤ ਇਕੱਠੇ ਹੋਏ ਪਏ ਨੇ। ਹੁਣ ਬੇਮਨੇ ਕੱਪੜੇ ਧੋ ਰਹੀ ਹੈ ਬੀਬੀ, ਵਾਸ਼ਿੰਗ ਮਸ਼ੀਨ ਦੇ ਵਿੱਚ ਉਹ ਕੱਪੜੇ ਪਾਤੇ ਨੇ, ਪਾਊਡਰ ਪਾਤਾ, ਸਭ ਕੁਝ ਪਾਤਾ, ਵਾਸ਼ਿੰਗ ਪਾਊਡਰ ਸਭ ਕੁਝ ਪਾਤਾ, ਟਾਈਮਰ ਦੇ ਦਿੱਤਾ। ਬੇਦਿਲੀ ਆ ਕੱਪੜੇ ਧੋ ਰਹੀ ਹੈ, ਕੱਪੜੇ ਸਾਫ ਤਾਂ ਹੋਣਗੇ। ਆਖੋ ਸਾਸਨਾ ਹੋਣਗੇ। ਜੇ ਆ ਦੁਨੀਆਂ ਦੇ ਕੰਮ ਬੇਦਿਲੀਏ ਕਰਕੇ ਰਿਜ਼ਲਟ ਮਿਲਦਾ ਹੈ, ਫਿਰ ਇੱਥੋਂ ਆਪਾਂ ਦਰਗਾਹੀ ਸਾਧ ਸੰਗਤ ਪੌੜੀਆਂ ਤੋਂ ਕਿਉਂ ਭੱਜ ਜਾਂਦੇ ਹਾਂ? ਕਿਉਂ ਨਿਤਨੇਮ ਛੱਡ ਦਿੱਤਾ ਜੀ? ਮਨ ਨਹੀਂ ਲੱਗਦਾ ਸੀ। ਕਿਉਂ ਨਾਮ ਜਪਣਾ ਛੱਡ ਦਿੱਤਾ ਜੀ? ਮਨ ਨਹੀਂ ਲੱਗਦਾ ਸੀ। ਮਨ ਨਹੀਂ ਲੱਗਦਾ, ਮਨ ਨਹੀਂ ਕਰਦਾ ਸੀ ਦੁਕਾਨ ਜਾਣ ਦਾ, ਤੇ ਉਹ ਕਿਉਂ ਨਹੀਂ ਛੱਡਿਆ? ਘਰ ਦੇ ਕੰਮ ਕਿਉਂ ਨਹੀਂ ਛੱਡੇ? ਹੋਰ ਕੰਮ ਕਿਉਂ ਨਹੀਂ ਛੱਡੇ? ਕਈ ਵਾਰੀ ਆਪਾਂ ਕਿਤੇ ਜ਼ਰੂਰੀ ਜਾਣਾ ਹੁੰਦਾ ਨਾ ਸਾਸ, ਮਨ ਨਹੀਂ ਹੁੰਦਾ ਜਾਣ ਦਾ, ਬੇਮਨੇ ਜਾਂਦੇ। ਨਾਰਾਜ਼ ਨਾ ਹੋ ਜੇ, ਨਾਰਾਜ਼ ਨਾ ਹੋ ਜੇ, ਜਾਣਾ ਪੈਣਾ, ਜਾਣਾ ਪੈਣਾ। ਦੁਨੀਆਂ ਦੇ ਕੰਮ ਅਗਰ ਬੇਮਨੇ ਕਰਦੇ ਆ ਫਿਰ ਵੀ ਰਿਜ਼ਲਟ ਨਿਕਲ ਆਉਂਦਾ। ਅੱਛਾ, ਫਿਰ ਬਾਅਦ ਚ ਬੰਦਾ ਪਤਾ ਕੀ ਕਹਿੰਦਾ? ਚੰਗਾ ਹੋ ਗਿਆ, ਆ ਗਏ ਆਖੋ ਸਤਨਾਮ। ਪੜਦੇ ਟੱਕੇ ਕਿ ਚੰਗਾ ਹੋ ਗਿਆ, ਘਰੋਂ ਤੁਰਨ ਲੱਗਾ ਸੀ, ਰਹਿਣ ਹੀ ਦਿੰਦੇ, ਐਵੇਂ ਔਖਾ ਹੀ ਹੋਇਆ ਪਿਆ। ਬਾਅਦ ਚ ਕਹਿੰਦੇ ਚੰਗਾ ਹੋ ਗਿਆ। ਕਰਮਾਂ ਵਾਲਿਓ, ਮਨ ਲੱਗੇ ਨਾ ਲੱਗੇ, ਅਸੀਂ ਆਪਣਾ ਕੰਮ ਕਰੀਏ, ਅਸੀਂ ਆਪਣਾ ਕੰਮ ਕਰੀਏ, ਮਨ ਲੱਗੇ ਨਾ ਲੱਗੇ। ਇਹ ਖੇਡ ਸਾਹਿਬ ਦੀ, ਸਾਧ ਸੰਗਤ ਇਹ ਦਾਤ ਸਾਹਿਬ ਦੀ, ਜਦੋਂ ਤਰੁੱਠ ਕੇ ਦੇ ਦੇਣ ਜੀ। ਮਨ ਨਹੀਂ ਲੱਗਦਾ, ਕਿੰਨੇ ਕਿੰਨੇ ਸੌ ਸਾਲ ਰਿਸ਼ੀ ਮੁਨੀ ਬੈਠੇ ਰਹਿੰਦੇ ਸਨ, ਸਿੱਧ ਬੈਠੇ ਰਹਿੰਦੇ ਸਨ, ਉਹਨਾਂ ਦੇ ਵੀ ਮਨ ਭਟਕਦੇ। ਆਖੋ ਸਾਧਨਾ, ਉਹਨਾਂ ਦੇ ਮਨ ਮਨ ਲੱਗਣਾ ਕਿਤੇ ਇੱਥੇ ਪਿਆ। ਸਾਹਿਬ ਕਹਿੰਦੇ ਨੇ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਆਖੋ ਸਾਧਨਾ, ਤੇਰੇ ਗੁਰੂ ਦੀ ਪੂਰੀ ਕਿਰਪਾ, ਪੂਰਨ ਕਿਰਪਾ ਤੇਰੇ ਤੇ ਹੋਏਗੀ ਤੇ ਤੇਰਾ ਮਨ ਆਪੇ ਲੱਗ ਜਾਏਗਾ। ਤੂੰ ਤੁਰਿਆ ਰਹਿ, ਤੂੰ ਨਾ ਰੁਕ। ਆ ਲਾਲਚ, ਨਾਮ ਜਪਣ ਦਾ ਲਾਲਚ, ਭਜਨ ਕਰਨ ਦਾ ਲਾਲਚ ਰੱਖਿਆ ਕਰੋ, ਰੱਖਿਆ ਕਰੋ। ਕਦੋਂ ਫੂਕ ਨਿਕਲ ਜਾਵੇ ਸਾਧ ਸੰਗਤ, ਕਿਆ ਪਤਾ, ਕਿਆ ਪਤਾ। ਸਕੀਮਾਂ ਬਣਾ ਕੇ ਬੈਠੇ ਹੁੰਦੇ ਆ ਵੱਡੀਆਂ ਵੱਡੀਆਂ, ਕੋਈ ਮਾੜੀ ਗੱਲ ਨਹੀਂ। ਹਰ ਇੱਕ ਜ਼ਿੰਦਗੀ ਦੇ ਵਿੱਚ ਪਲੈਨਸ ਹੁੰਦੇ ਨੇ, ਔਰ ਬਗੈਰ ਪਲੈਨਸ ਦੇ ਬੰਦਾ ਤੁਰ ਵੀ ਨਾ ਸਕਦਾ। ਪਰ ਇਹ ਗੱਲ ਹੈ ਕਿ ਐਗਜ਼ੀਕਿਊਟ ਹੁੰਦੇ ਨੇ ਕਿ ਨਹੀਂ ਹੁੰਦੇ, ਇਹ ਵਾਹਿਗੁਰੂ ਨੂੰ ਪਤਾ ਹੈ। ਆਖੋ ਸਤਨਾਮ, ਇਹ ਵਾਹਿਗੁਰੂ ਨੂੰ ਪਤਾ। ਜੇ ਮੈਨੂੰ ਪਤਾ ਹੀ ਨਹੀਂ ਮੇਰਾ ਅਗਲਾ ਸਮਾਂ ਕਿਉਂ ਜਿਹਾ, ਤਾਂ ਤੇ ਰੰਗ ਦੇ ਹਰ ਘੜੀ ਨੂੰ ਰੰਗ ਦੇ। ਜਿੱਥੇ ਬੈਠੀਏ ਗੱਲ ਹੀ ਸਾਹਿਬ ਦੀ ਕਰੀ, ਗੱਲ ਹੀ ਭਜਨ ਦੀ ਕਰੀ, ਗੱਲ ਹੀ ਸਿਮਰਨ ਦੀ ਕਰੀਏ। ਆਖੋ ਸਤਨਾਮ। ਬੜੀਆਂ ਬੜੀਆਂ ਰੂਹਾਂ ਸਾਧ ਸੰਗਤ, ਬੜੀਆਂ ਬੜੀਆਂ ਰੂਹਾਂ। ਇਹ ਤਾਂ ਦੱਸਣ ਦਾ ਇੱਕ ਮਕਸਦ ਹੁੰਦਾ ਸਾਧ ਸੰਗਤ ਕਿ ਤਿੰਨਾਂ ਦੇਖ ਮਨ ਚਾਓ ਉੱਠਣ ਦਾ, ਤਿੰਨਾਂ ਦੇਖ ਮਨ ਚਾਓ ਉੱਠਣ ਦਾ। ਪਤਾ ਨੀ ਕਿਹਨੂੰ ਵੇਖ ਕੇ ਕਿਹੜਾ ਚਾਓ ਮੇਰੇ ਅੰਦਰ ਆ ਜਾਵੇ ਕਿ ਮੈਂ ਵੀ ਤੁਰ ਪਵਾਂ। ਆਖੋ ਸਤਨਾਮ।
ਵਿੱਚ ਦਰਿਆ ਦੇ ਲਹਿਰਾਂ ਵਗਣ ਇੱਕ ਦੂਜੇ ਤੋਂ ਅੱਗੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਚਾਹ ਹੁੰਦਾ ਸਮੁੰਦਰ ਦੀਆਂ ਲਹਿਰਾਂ ਨੂੰ ਇੱਕ ਦੂਜੇ ਤੋਂ ਅੱਗੇ ਵਧਣ। ਗੁਰਸਿੱਖਾ ਚਾਹ ਰੱਖਿਆ ਕਰ ਕਿ ਹੇ ਵਾਹਿਗੁਰੂ ਤੇਰੀਆਂ ਰੰਗ ਰਤਣੀਆਂ ਰੂਹਾਂ ਵੱਲ ਵੇਖਦਾ ਤੇ ਆਪਣੇ ਆਪ ਸ਼ਰਮ ਆਉਂਦੀ ਹੈ, ਕਿੱਥੇ ਖੜਾ ਤੂੰ ਕਿੱਥੇ ਖੜਾ। ਸਭ ਸੁਹਾਗਣ ਮਾਣੇ ਰਲੀਆਂ ਤੇਰੀਆਂ ਸੁਹਾਗਣਾਂ, ਉਹ ਮੇਰੇ ਸਾਹਿਬ ਤੇਰੀਆਂ ਸੁਹਾਗਣਾਂ ਤੇਰੇ ਨਾਲ ਰੰਗ ਰਲੀਆਂ ਮਨਾਉਂਦੀਆਂ, ਮੈਂ ਦੁਹਾਗਣ ਤੇਰੇ ਤੋਂ ਦੂਰ ਰਹਿ ਕੇ ਝੂਰਦੀ ਰਹਿੰਦੀ। ਕਰਮਹੀਣ ਧਨ ਕਰੇ ਬੇਨੰਤੀ ਕਦ ਨਾਨਕ ਆਵੇ ਮੇਰੀ ਵਾਰੀ ਕਦੋਂ ਹੈ। ਮਨ ਚ ਚਾਓ ਹੋਏਗਾ ਤੇ ਸਾਧ ਸੰਗਤ ਇਹ ਅਰਦਾਸਾਂ ਕਰਾਂਗੇ ਨਾ, ਮੇਰੀ ਵਾਰੀ ਕਦੋਂ ਆਏਗੀ। ਮਨ ਚ ਸ਼ੌਂਕ ਹੋਏਗਾ ਅੱਗੇ ਵਧਣ ਦਾ ਤੇ ਬੇਨਤੀਆਂ ਹੋਣਗੀਆਂ ਨਾ। ਕਰਮਹੀਣ ਮੈਂ ਕਰਮਹੀਣ ਕਰਮਾਂ ਤੋਂ ਮਾਰੀ, ਕਰਮਹੀਣ ਧਨ ਕਰੇ ਬੇਨਤੀ ਕਦ ਨਾਨਕ ਆਵੇ ਵਾਰੀ। ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰਾ। ਉਹ ਮਿਲਾਪ ਵਾਲੀ ਰਾਤ, ਇਹ ਵਾਹਿਗੁਰੂ ਜਿਸ ਰਾਤ ਦੇ ਵਿੱਚ ਤੇਰੇ ਨਾਲ ਮਿਲਾਪ ਹੁੰਦਾ, ਉਹ ਰਾਤ ਮੈਨੂੰ ਦੇ ਦੇ, ਮੈਨੂੰ ਵੀ ਉਹ ਰਾਤ ਦੇ ਦੇ। ਉਹ ਕਰਮਾਂ ਵਾਲੇ ਉਹ ਆ ਜਿਹੜੀਆਂ ਰਾਤਾਂ ਬਤੀਤ ਕਰ ਰਹੇ ਹਨ, ਇਹ ਅੰਮ੍ਰਿਤ ਵੇਲਾ। ਦੁਨਿਆਵੀ ਬੰਦੇ ਨੂੰ ਪੁੱਛੋਗੇ ਨਾ, ਉਹਨੂੰ ਪੁੱਛੋ 2:30 ਵਜੇ ਨੂੰ ਕੀ ਕਹੇਗਾ, ਕਹਿੰਦਾ ਅੱਧੀ ਰਾਤ ਹੁੰਦੀ ਹੈ। ਆਖੋ ਸਤਨਾਮ। 3 ਵਜੇ ਨੂੰ ਕੀ ਕਹੇਗਾ, ਅੱਧੀ ਰਾਤ ਹੁੰਦੀ ਹੈ। ਤੇ ਪਰਮਾਰਥੀ ਬੰਦੇ ਨੂੰ ਪੁੱਛਿਓ 2:30 ਵਜੇ ਜੀ ਅੰਮ੍ਰਿਤ ਵੇਲਾ ਹੋ ਜਾਂਦਾ ਹੈ। ਆਖੋ ਸਤਨਾਮ। 3 ਵਜੇ ਅੰਮ੍ਰਿਤ ਵੇਲਾ ਹੋ ਜਾਂਦਾ। ਪ੍ਰੇਮ ਭਗਤ ਰਾਤੀ ਕਰੇ, ਜਿਹੜੇ ਭਗਤ ਜਨ ਨੇ ਜਿਹੜੇ ਪਿਆਰੇ ਨੇ ਉਹ ਪ੍ਰੇਮ ਦਾ ਇਜ਼ਹਾਰ ਜਦੋਂ ਕਰਦੇ ਨੇ ਉਹ ਵੇਲਾ ਸਾਧ ਸੰਗਤ ਅੰਮ੍ਰਿਤ ਵੇਲਾ ਹੁੰਦਾ ਹੈ। ਆਖੋ ਸਤਨਾਮ। ਜੀ ਮੈਨੂੰ ਤਾਂ ਬੜਾ ਪਿਆਰ ਹੈ ਗੁਰੂ ਨਾਨਕ ਸਾਹਿਬ ਦੇ ਨਾਲ, ਮੈਨੂੰ ਤਾਂ ਬੜਾ ਪਿਆਰ ਹੈ ਬਾਜਾਂ ਵਾਲੇ ਦੇ ਨਾਲ, ਮੈਨੂੰ ਤਾਂ ਬੜਾ ਪਿਆਰ ਹੈ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਨਾਲ, ਮੈਨੂੰ ਤਾਂ ਬੜਾ ਪਿਆਰ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਨਾਲ, ਮੈਨੂੰ ਤਾਂ ਬੜਾ ਪਿਆਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ। ਉਹ ਕਦੇ ਪਿਆਰ ਦਾ ਇਜ਼ਹਾਰ ਵੀ ਕਰ ਲੋ, ਪਿਆਰ ਦਿਖਾਓ ਤਾਂ ਸਹੀ, ਕਿਵੇਂ ਇਜ਼ਹਾਰ ਕਰੋਗੇ? ਆ ਅੰਮ੍ਰਿਤ ਵੇਲੇ ਜਾਗ ਕੇ ਇਜ਼ਹਾਰ ਕਰਿਓ। ਆਖੋ ਸਤਨਾਮ। ਕੁਝ ਕਰਕੇ ਐਵੇਂ ਬਾਤ ਨਹੀਂ ਅਸਮਾਨ ਡਿਗਾ, ਬਾਤ ਨਹੀਂ ਅਸਮਾਨ ਗਿਰਾਵੇ ਵਾਲੀ ਗੱਲ ਕਰੀ ਜਾਂਦੇ ਹਾਂ ਆਪਾਂ। ਗੱਲਾਂ ਦੇ ਨਾਲ ਹੀ ਸਾਧ ਸੰਗਤ, ਬੜਾ ਪ੍ਰੇਮ ਹੈ ਜੀ ਮੇਰਾ, ਬੜਾ ਪ੍ਰੇਮ ਹੈ ਮੇਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਖਾਲੀ ਗੱਲਾਂ ਦੇ ਨਾਲ ਬਸ। ਤੇ ਜੇ ਹਕੀਕੀ ਇਸ਼ਕ ਹੋਵੇ ਰਾਤੀ ਤੈਨੂੰ ਨੀਂਦ ਹੀ ਨਾ ਆਵੇ। ਆਖੋ ਸਤਨਾਮ। ਰਾਤੀ ਨੀਂਦ ਹੀ ਨਾ ਆਵੇ, ਇਹੋ ਜਿਹੇ ਪਲੈਨ ਹੀ ਤੂੰ ਨਾ ਬਣਾਵੇ ਕਿ ਜਿਸ ਕਰਕੇ ਤੇਰਾ ਅੰਮ੍ਰਿਤ ਵੇਲਾ ਮਿਸ ਹੁੰਦਾ। ਇਹੋ ਜਿਹੀਆਂ ਪਾਰਟੀਆਂ, ਇਹੋ ਜਿਹੇ ਫੰਕਸ਼ਨ, ਇੱਕ ਮਿੰਟ ਚ ਤੂੰ ਲਕੀਰ ਮਾਰ ਦੇਗਾ, ਨਹੀਂ ਭਾਈ ਮੈਂ ਨਹੀਂ ਆ ਸਕਦਾ, ਮੇਰਾ ਅੰਮ੍ਰਿਤ ਵੇਲਾ ਜਾਂਦਾ ਹੈ। ਰੁੱਸਦਾ ਕੋਈ ਰੁੱਸੀ ਜਾਵੇ, ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਰਸ। ਬਸ ਆ ਚੀਜ਼ ਪਕੜ ਕੇ ਚੱਲੀਏ ਸਾਧ ਸੰਗਤ ਜੀ, ਜਦੋਂ ਜਾਈਏ ਭਰੇ ਹੋਏ ਕੀਮਤ ਭਰੇ ਹੋਏ ਖਾਲੀ ਦੀ ਕੀਮਤ ਕੋਈ ਨਹੀਂ।
ਰੰਗੇ ਹੋਏ ਜਾਈਏ ਬਾਜੀ ਜਿੱਤ ਕੇ ਜਾਈਏ ਰੋਜ਼ ਜਿਹੜਾ ਅੰਮ੍ਰਿਤ ਵੇਲਾ ਗੁਰੂ ਦੀ ਗੋਦੀ ਚ ਇੱਕ ਇੱਕ ਸਟੈਪ ਨੇੜੇ ਹੋ ਰਹੇ ਇਹ ਤਰਾਹੇ ਪਤ ਪਵਣੀਆਂ ਚੜੀਏ ਚੜੀਏ ਹੋਏ ਕੀਸ ਚੜਦੇ ਪਏ ਹੋ ਹੌਲੀ ਹੌਲੀ ਇੱਕ ਇੱਕ ਕਦਮ ਚੜ ਰਹੇ ਬਸ ਚੜਦੇ ਚਲੇ ਰੁਕਿਓ ਨਾ ਕੋ ਸਤਨਾਮ। अगर तुहानू ए वीडियो वधिया लगी है तां लाइक करो अते अग्गे शेयर जरूर करो जी।